तुम सुम बच्चा है 13-14 साल का और हाकी का प्लेयर सीगा, हाकी खेलता सीगा और ताडे सामने आ जुर्म पाप ताडे सामने। मैं इत्थे कहांगा कि पूले निहंग दे जिहड़े पाप ही उन्हां नूं वी इस बंदे ने माफ मात दे दित्ती है। आ तुसीं सामने वेख रहे हो गुरसिख मां है बेचारी। मैं तां दसन लगा इह सारी चीज कि एड्डा वड्डा पाप करन वाला बंदा इस मासूम बच्चे दे गल च बेल्ट पा के गल घुट के मारन वाला बंदा जिस बंदे ने और वो बंदा उस केस दे विच लोग लोगों के मन जरा भुलेखा वा मैं वो दूर करना चाह रहा। माता जी कोई गल नहीं, हौसला रखो, समझ लो ढाडा बेटा दोबारा ਤੁਹਾਨੂੰ ਕਿਸੇ। ਮੈਂ ਅਜੇ ਵੀ ਨਹੀਂ, ਮੇਰਾ ਬੱਚਾ ਅਜੇ, ਮੈਂ ਅਜੇ ਵੀ ਨਹੀਂ ਹਾਂ ਉਹਦੇ ਵਾਦੀ ਤੇ ਰੱਦੂ ਵੱਡੀ ਹੋ ਗਈ, ਪੁਰਾਣੀ ਹੋ ਗਈ ਗੱਲ। ਮੈਂ ਰਾਤ ਦਿਨੇ ਰੋਨੀ, ਮੈਂ ਅੱਖਾਂ ਤੋਂ ਅੰਨੀ ਹੋ ਗਈ, ਕੰਨਾਂ ਤੋਂ ਗੋਲੀ ਹੋ ਗਈ, ਮੈਂ ਧੱਕਿਆ ਖਾਂਦੀ ਹਾਂ, ਮੈਂ ਦਵਾਈਆਂ ਦੇਣੀ। ਮੈਂ ਬੇਟਾ ਤੈਨੂੰ ਫੋਨ ਕੀਤਾ, ਇਹਨੇ ਮੇਰਾ ਬੱਚਾ ਮਾਰਿਆ, ਇਹਨੇ ਮੇਰਾ ਬੱਚਾ ਮੁਕਾਇਆ, ਇਹਨੇ ਮੇਰਾ ਬੱਚਾ ਕਾਹਤੋਂ ਮੁਕਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਆਖੂਬੀ ਜਾਣਦੇ ਹੋ ਕਿ ਨਵਤੇਜ ਗੁੱਗੂ ਅਤੇ ਹਰਚੰਦ ਦਾ ਨਾਮ ਪਾਪੀ ਪੂਲੇ ਦੇ ਨਾਲ ਜੋੜਿਆ ਜਾਂਦਾ ਹੈ ਕਿਉਂਕਿ ਉਸ ਨੂੰ ਸੋਧਾ ਇਹਨਾਂ ਨੇ ਹੀ ਲਾਇਆ ਸੀ ਜਿਸ ਨੇ ਅੱਤ ਦਾ ਪਾਪ ਖੱਟਿਆ ਸੀ। ਅਤੇ ਇਹਨਾਂ ਵੱਲੋਂ ਜਦੋਂ ਪਾਪੀ ਪੂਲੇ ਨੂੰ ਸੋਧਾ ਲਾਇਆ ਗਿਆ ਉਸ ਤੋਂ ਬਾਅਦ ਕੌਮ ਨੇ ਇਹਨਾਂ ਨੂੰ ਪਲਕਾਂ ਤੇ ਬਿਠਾ ਲਿਆ ਸੀ। ਪਰ ਹੁਣ ਹਰਚੰਦ ਦੀ ਇੱਕ ਅਜਿਹੀ ਅਸਲੀਅਤ ਤੁਹਾਡੇ ਰੂਬਰੂ ਕਰਨ ਲੱਗੇ ਹਾਂ ਜਿਸ ਨੂੰ ਸੁਣ ਕੇ ਸ਼ਾਇਦ ਤੁਹਾਡੀ ਵੀ ਰੂਹ ਕੰਬ ਜਾਵੇਗੀ। ਇਸ ਬਜ਼ੁਰਗ ਨੂੰ ਰੋਂਦੇ ਹੋਇਆਂ ਜੋ ਤੁਸੀਂ ਵੇਖ ਰਹੇ ਹੋ ਇਸ ਦੀਆਂ ਅੱਖਾਂ ਵਿੱਚ ਅਥਰੂ ਹਰਚੰਦ ਦੇ ਦਿੱਤੇ ਹੋਏ ਨੇ ਕਿਉਂਕਿ ਇਸ ਦਾ 13-14 ਸਾਲਾਂ ਦਾ ਪੁੱਤ ਜਿਸ ਦੇ ਗਲੇ ਵਿੱਚ ਇੱਕ ਨਕਲੀ ਸੋਨੇ ਦੀ ਚੈਨੀ ਸੀ ਤੇ ਹਰਚੰਦ ਨੇ ਸੋਚਿਆ ਸੀ ਕਿ ਸ਼ਾਇਦ ਉਹ ਅਸਲੀ ਸੋਨੇ ਦੀ ਚੈਨ ਹੈ ਜਿਸ ਦੇ ਪਿੱਛੇ ਉਸ ਬੱਚੇ ਦੇ ਗਲੇ ਤੋਂ ਉਸਨੇ ਚੈਨ ਲਾ ਕੇ ਗਲੇ 'ਚ ਬੈਲਟ ਪਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਤੇ ਆਖਿਰ ਇਹ ਵਿਰਧ ਮਾਂ ਕਿਉਂ ਪਹੁੰਚੀ ਨਵਤੇਜ ਗੁੱਗੂ ਦੇ ਕੋਲ ਤੇ ਕਿੱਦਾਂ ਉਸਨੇ ਛਾਤੀ ਨਾਲ ਲਾ ਕੇ ਰੱਖੀ ਆ ਆਪਣੇ ਪੁੱਤ ਦੀ ਤਸਵੀਰ ਦੁਨੀਆਂ ਨੂੰ ਵਿਖਾਈ। ਆਓ ਮਾਰਦੇ ਇੱਕ ਨਜ਼ਰ। ਮੈਂ ਅਜੇ ਵੀ ਨਹੀਂ, ਮੇਰਾ ਬੱਚਾ ਅਜੇ, ਮੈਂ ਅਜੇ ਵੀ ਨਹੀਂ ਹਾਂ ਉਹਦੇ ਵਾਦੀ ਤੇ ਰੱਦੂ ਵੱਡੀ ਹੋ ਗਈ, ਪੁਰਾਣੀ ਹੋ ਗਈ ਗੱਲ। ਮੈਂ ਰਾਤ ਦਿਨੇ ਰੋਨੀ, ਮੈਂ ਅੱਖਾਂ ਤੋਂ ਅੰਨੀ ਹੋ ਗਈ, ਕੰਨਾਂ ਤੋਂ ਗੋਲੀ ਹੋ ਗਈ, ਮੈਂ ਧੱਕਿਆ ਖਾਂਦੀ ਹਾਂ, ਮੈਂ ਦਵਾਈਆਂ ਦੇਣੀ। ਮੈਂ ਬੇਟਾ ਤੈਨੂੰ ਫੋਨ ਕੀਤਾ, ਇਹਨੇ ਮੇਰਾ ਬੱਚਾ ਮਾਰਿਆ, ਇਹਨੇ ਮੇਰਾ ਬੱਚਾ ਮੁਕਾਇਆ, ਇਹਨੇ ਮੇਰਾ ਬੱਚਾ ਕਾਹਤੋਂ ਮੁਕਾਇਆ। ਮੈਂ ਤਾਂ ਤੁਹਾਡੇ ਸਾਹਮਣੇ ਇਹ ਵੇਖੋ, ਮਾਤਾ ਜੀ ਨੇ ਮੈਨੂੰ ਫੋਨ ਕੀਤਾ, ਮੈਂ ਇਗਨੋਰ ਕਰ ਦਿੰਦਾ ਕਿ ਚਲੋ ਦਫਾ ਕਰੋ ਯਾਰ, ਇਹ ਕੁੱਤੇ ਬਿੱਲੇ ਭੌਂਕਦੇ ਨੇ। ਮੇਰੇ ਕੋਲੋਂ ਰੱਬ ਇੰਨੀ ਵੱਡੇ ਲੈਵਲ ਤੇ ਸੇਵਾ ਲੈ ਰਿਹਾ ਹੈ। ਇੱਕ ਤੁਸੀਂ ਦੇਖਿਆ ਕਿ ਪੰਜਾਬ ਦਾ ਸਭ ਤੋਂ ਵੱਡਾ ਬੈਸਟ ਚੈਰੀਟੇਬਲ ਹਸਪਤਾਲ ਚਲਾ ਰਹੇ ਆ ਸਾਰਿਆਂ ਦੇ ਸਾਥ ਨਾਲ, ਔਰ ਮੈਂ ਤੈਨੂੰ ਬਿਲਕੁਲ ਇਗਨੋਰ ਕਰ ਦਿੰਦਾ ਹੈ ਕਿ ਇਸ ਬੰਦੇ ਦੀ ਮੈਂ ਕਿਸੇ ਜਵਾਬ ਦੇਣਾ ਵੀ ਵਾਜਬ ਨਹੀਂ ਸਮਝਦਾ। ਪਰ ਜਿੱਦਣ ਮੈਨੂੰ ਮਾਤਾ ਜੀ ਦਾ ਫੋਨ ਆਇਆ ਕਿ ਬੇਟਾ ਮੇਰੀਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਆ, ਇਹ ਬੰਦਾ ਗੰਦਾ ਬੰਦਾ ਤੁਹਾਡੇ ਵਾਸਤੇ ਗਲਤ ਬੋਲਦਾ, ਮੈਨੂੰ ਬਹੁਤ ਮੇਰਾ ਜਿਹੜਾ ਮੇਰਾ ਇਹਨੇ ਪਾਪ ਕੀਤਾ ਵੀ ਤਾਂ ਲੋਕਾਂ ਸਾਹਮਣੇ ਆਵੇ। ਔਰ ਮੈਂ ਵੀਰੋ ਜਿਹੜੇ ਵੇਖੋ ਜਿਹੜਾ ਨਿਹੰਗ ਪੂਲੇ ਦਾ ਜਿਹੜਾ ਮਰਡਰ ਕੇਸ ਸੀਗਾ, ਅਖੋਤੀ ਨਿਹੰਗ ਮੈਂ ਕਹਾਂਗਾ, ਉਹ ਜਿਹੜਾ ਮਰਡਰ ਕੇਸ ਸੀਗਾ ਉਹਦੇ ਬਾਰੇ ਮੈਂ ਕਦੀ ਨਹੀਂ ਬੋਲਿਆ ਅੱਜ ਤੱਕ, ਕਦੀ ਨਹੀਂ, ਕਿਉਂਕਿ ਉਹ ਸੇਵਾ ਮੈਂ ਮੰਨਦਾ ਕਿ ਰੱਬ ਨੇ ਸਾਡੇ ਕੋਲੋਂ ਇੱਕ ਸੇਵਾ ਲੈਣੀ ਸੀ ਉਹ ਲੈ ਲਈ ਆ। ਆਹ ਹਰਪ੍ਰੀਤ ਸਿੰਘ ਸੇਰੂ ਕੋਲ ਬੈਠਾ ਹੈ, ਇਹ ਵੀਰ ਨੇ ਅੰਦਰ ਪੈਟਰੋਲ ਪਹੁੰਚਾਇਆ। ਮੈਂ ਤਾਂ ਜਦੋਂ ਤੁਹਾਡੀ ਮੁਲਾਕਾਤ ਕਰਨ ਆਉਂਦਾ ਸੀ ਇਹਦੇ ਬਦਲ ਲਫਾਫੇ ਪੂਰੇ ਚੁੱਕ ਕੇ ਲੈ ਕੇ ਜਾਂਦਾ ਹੁੰਦਾ ਸੀ ਨਾਲ। ਇਹ ਸੇਵਾ ਮਸਕਤੀ ਹੀ ਸਾਡਾ ਮਸਕਤੀ, ਇਹ ਵੀਰ ਨੇ ਮੁਲਾਕਾਤ ਪਾਉਣ ਲਾਉਣਾ, ਇਹਨੇ ਇਹਨੂੰ ਇਹਨੇ ਲਫਾਫੇ ਚੁੱਕ ਚੁੱਕ ਖਾਣੇ ਅੰਦਰ। ਮਤਲਬ ਮੇਰਾ ਜੱਸੀ ਸੀਗਾ ਓਜਲੈ ਵਾਲਾ ਤੇ ਹਰਜੋਤ ਸਿੰਘ ਬਿਸਨੀਵਾਲ ਔਰ ਜੱਗਾ ਫਿਰੋਜ਼ਪੁਰ, ਅਸੀਂ ਸਾਰੇ ਇਕੱਠੇ ਹੀ ਅਸੀਂ ਇਹਨੂੰ ਅੱਗੇ ਰੱਖਿਆ ਹੁੰਦਾ ਸੀਗਾ ਤੜਕੇ ਲਾਉਣ ਲਈ, ਭਾਂਡੇ ਧੋਣ ਲਈ। ਔਰ ਅੱਜ ਬੰਦਾ ਜਦੋਂ ਇਹਨੂੰ ਕੋਈ ਹਰਚੰਦ ਸਿੰਘ ਵੀਰਿਓ ਖਾਲਸਾ ਤੁਸੀਂ ਕਹਿੰਦੇ ਜੇ ਨਾ, ਉਦੋਂ ਇਸ ਮਾਂ ਦੀਆਂ ਆਹਾਂ ਨੂੰ ਜ਼ਰੂਰ ਚੇਤੇ ਕਰ ਲਿਆ ਕਰੋ। ਅੱਜ 7-8 ਸਾਲਾਂ ਬਾਅਦ ਮੈਨੂੰ ਕਹਿਣਾ ਪੈ ਰਿਹਾ, ਮੈਂ ਸੱਚ ਤੁਹਾਡੇ ਸਾਹਮਣੇ ਲਿਆਉਣਾ ਕਿ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਉਸ ਕੇਸ ਦੇ ਨਾਲ, ਪਰ ਅਸਲੀਅਤ ਸਾਹਮਣੇ ਆਉਣੀ ਚਾਹੀਦੀ ਆ। ਮੈਨੂੰ ਇੱਕ ਡੋਲੂ ਦਿਓ, ਮੈਂ ਦੱਸਾਂ ਵੀ ਹੋਇਆ ਕੀ। ਇੱਕ ਡੋਲੂ ਦਿਓ, ਮੈਂ ਸੁਣਦਾ ਗੱਲ, ਇੱਕ ਡੋਲੂ ਫੜਾਇਓ, ਡੋਲੂ। ਅਸਲ 'ਚ ਹੋਇਆ ਕੀ ਮਾਤਾ ਜੀ, 2 ਮਿੰਟ, ਮੈਂ ਆਹ ਡੋਲੂ ਜਿੱਦਾਂ ਸੀਗਾ ਜਦੋਂ ਅੱਗ ਲਗਾ ਕੇ ਉਸਦੇ ਪਾਪਾਂ ਦੀ ਉਹਨੂੰ ਸਜ਼ਾ ਮਿਲਦੀ, ਤੇ ਆਹ ਡੋਲੂ ਏਦਾਂ ਇੱਕ ਬ੍ਰੈਸ ਸੀਗਾ, ਔਰ ਬ੍ਰੈਸ ਦੇ ਉੱਤੇ ਰੁਮਾਲ ਵਲੇਟ ਕੇ ਤੇ ਛੋਟੀ ਜਿਹੀ ਮਿਸਾਲ ਬਣਾ ਲਈ,
और डोलू च ही तेल मिक्स किया, पेट्रोल ते डीजल मिक्स कर लिया, ठीक है, डोलू च कर लिया, इहनू मसाल बना के इहनू अंदर डुबो दिता। और मैं ये बंदा चलो अंदर हाडी रोटी पानी बनाउंदा ही, मैं इहनू नाल लै गया भी तू गेट तक आ इत्थे खलो जा दो मिनट, और मैं काम करके कारवाई पा के जदों बाहर आवांगा और तू साइड ते बस ध्यान रखना भी कोई जे कोई अंदर आएगा तो आवाज़ दे दी पिछयों कोई आ रहा। और जदों मैं वो तेल डबो लिया, तेल डबो के ब्रश के उत्ते मैं रुमाल बद्धिया हैगा और मैं फिर बाहर गया भी हूँ मैं अग किदां लवां, एक हाथ से डोलू फड़िया वा एक हाथ से मसाल आ और डब्बी जेब च आ, हुण मैं उहनू तीली बाल के अग किदां लवां। और मैं फिर बाहर गया जिदा जिथे ओहदा कमरा ही ओहदी साइड ते मैं खड़ा हैगा, तैयारी तुरी सारी कर ली और मैं फिर बाहर इहदे कोल गया जाके, मैं जल्दी दुमटा डब्बी कढ मेरी जेबे चो, इहने डब्बी कढी मैं आ रुमाल आ मैं तेल ना डबो दिता वा, इहनू तीली ला दे बस अग ला दे जल्दी, जिहड़ी रियालिटी जिहड़ा सच वा। और मैं वेखो एक माता दे कोल बैठा वा, एक माँ दियां वीरियो, मैं इस चीज़ नूं कदे भी एक्सप्लेन नहीं करनी चाहुंदा, मैं वो सेवा ही रब ने साडे कोलों लै ली ही, पर अज मजबूरन मैं तां दसन लगा ये सारी चीज़ कि एडा वड्डा पाप करन वाला बंदा इस मासूम बच्चे दे गल च बेल्ट पा के गल घुट के मारन वाला बंदा जिस बंदे ने, और वो बंदा उस केस दे विच लोगों के मन जिहड़ा भुलेखा वा, मैं वो दूर करना चाह रहा। और जो मैं उन्होंने कहा भी अगला मैं भी करतूत तुम मैं दसन लगा वा, और इस बंदे मैं डब्बी फड़ाती भी बस तुम अग ला दे भज के मैं अंदर चल जा, और इस बंदे को तीली नहीं डब्बी, तील जी डब्बी तो नहीं बजती, ऐ कंब दी हाथे दे उत्थे, दो बार मारी तीली इन्हें, तीन बार मारी, चार बार मारी, एक तीली नहीं डब्बी तो बजती। और मैं इन्हू कहा कि परे हो जावे, इन्हू कहा कि अपने बच्चे की कसम खा के गल कवे, शहीदा साहब गुरुद्वारा साहब जाके अपने बच्चे के सिर हाथ रख के कवे कि नवतेज सिंह ने इन्हू की कहा भी तेरे को तीली नहीं बन रही हो, और समा वेस्ट कर रहे, समा साढ़े को उस टाइम एक सैकंड भी बड़ा मजबूरी। फिर मैं वीरो की किया, मैं तुम्हें दसदा कि इदा मैं डोलू रखिया वो उत्ते, मैं इदा ब्रैस रखिया इतने, मैं कपड़ा बदया ही एर उस मैं ब्रैस रख के डब्बी के उत्ते तील मार के अग लाई, तो फिर मैं ब्रैस फड़िया, तो डोलू न भी फड़न का एक तरीका तीन दिन अं प्रैक्टिस की भी डोलू न फड़ना कि अगर अं इदा फटते तो तेल शायद साइड पर भी जा सकता ही, इदा ग्रिप बना के डोलू न फड़ के और इदा अंदर जाके, और वो दो कमरे छड़ के पिछले बने चक्की दे विच वो बह के इंग्लिश ट्रिब्यून की अखबार पढ़ रहा सीगा, और जाके फिर उन्हें ऐ वेख्या, और जो मैं तेल सुटिया वा ना एकदम ऐ किया वा, तेल सुट के नाले ही अग सुटती उहदे उत्ते, जो अग लगी आ और मैं माड़ा जिहा जे बाहर ही आया वा तो यह पहला ही अगे ला के दौड़ पिया सीगा। और जिहड़े बंदे को तील ही नहीं बली, अज वह कहे कि मैं पूला कांड, मैं हरचंद सिंह, मैं फलाना, मैं ढींगड़ा, वो इन मैं कहिंदा जा अपना बच्चा खड़ शहीदा साहब दलील तर्क दलीलां नाल गल करदा, और क्यों करनियां पै रहियां ने, माता दा दुख वेख के भी एडा वड्डा पाप करन वाला बंदा साडा केसवर, अगर साडे नाल उहदा नां जुड़दा ना, झूठा भी नाल जुड़दा वा, तुहानूं क्लीयर करना अज मेरा फर्ज ही, क्लीयर करना मेरा फर्ज हीगा बस। और जदों अग लगी इह अगे दौड़ पिया पर अगे नूं, और जो मैं पिछे मुड़ के वेख लिया भी पूरी तरह अग मच गई आ, और जो मैं दौड़िया सिर्फ रौला लोगों ने पाता भी दो बंदे दौड़ गए, दो बंदे दौड़ गए, अग लग गई पूले नूं अग, बस उस तो बाद इहदा नाम आ गया। और यह बंदा तुहाडे सामने अज मैं पूरी क्लीयर की गल, यह सीगा बंदा एक कसम खा ले अपने बच्चे के सिर ते हाथ रख के भी इन्हें जा डोलू हाथ च फड़िया ही, डोलू दे नाल इन्हें तेल सुटिया कि जा इन्हें, इन्हू तो यह भी नहीं पता होना भी मसाल कहती ही। अज मैं तुम्हें दसना कि बुरश करने वाला जिहड़ा हैगा दंदा नू बुरश करने वाला एक यह ब्रश हैगा बुरश, और आर डी एक्स लगते रहे, मानव बंब बनते रहे लोग, इन्हें इन्हें व्डे ब्लास्ट होंगे रहे, और एक बंदा उन्होंने नहीं खत्म होया, और एक दंदा नू ब्रश करने वाले बुरश के नाल एक डोल दे नाल एक बंदा खत्म होया ही। यह मैं तुहानूं तुहाडा सच वीरे ढे मैं सामने लिया चाहता ही, पर मैं क्यों नहीं बोलता क्योंकि मान योग अदालत ने सू बरी किया है, और मैं नहीं चाहता कि चलो अगर मान योग अदालत ने बरी किया रही भाणा मान के अपनी सेवा च लग गए ही, मैं अपना जीवन समझना कि एडे वे केस चो एक
ਐਸ ਕੇਸ ਚੋਂ ਬਾਹਰ ਆ ਗਈ ਆ ਉਹ ਨਵਾਂ ਜੀਵਨ ਰੱਬ ਨੇ ਦਿੱਤਾ ਉਹ ਲੋਕਾਂ ਲਿਖੇ ਲਾ ਦੇਣਾ। ਪਰ 7 ਸਾਲ ਤੋਂ ਇਸ ਬੰਦੇ ਦੀ ਸੁਣ ਸੁਣ ਕੇ ਕਦੀ ਮੈਂ ਆਹ ਕੀਤਾ ਯਾਰ ਮੈਨੂੰ ਦੁੱਖ ਲੱਗਦਾ ਸੀ ਵੀ ਕਰਤੂਤ ਘੱਟੇ ਦੀ ਵੀ ਨਹੀਂ ਗੀ ਤੇ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕਰ ਰਿਹਾ ਜੀ ਮੈਨੂੰ ਇਹ ਪੈਸੇ ਮੰਗੀ ਜਾਂਦਾ ਪੈਸੇ ਮੈਨੂੰ ਪੈਸੇ ਦੇ ਦਿਓ ਕਦੀ ਕਹਿ ਦਿੰਦਾ ਮੈਨੂੰ ਪਲਾਟ ਦੇਣਾ ਕੀਤਾ ਸੀ ਕਦੀ ਕਹਿੰਦਾ ਮੈਨੂੰ ਗੁੱਗੂ ਪੈਸੇ ਨਹੀਂ ਦਿੰਦਾ ਕਦੀ ਮੈਨੂੰ ਕਹਿੰਦਾ ਵੀ ਗੁੱਗੂ ਮੇਰੇ ਪੈਸੇ ਖਾ ਕੇ ਉਹ ਮੈਂ ਜਾਂ ਨੂੰ ਇਹ ਸਮਝਦਾ ਹਾਂ ਕਿ ਉਹ ਬੰਦੇ ਨੇ ਪਾਪ ਕੀਤੇ ਸੀ ਉਹਨੂੰ ਉਹਦੀ ਸਜ਼ਾ ਮਿਲ ਗਈ ਇਹਦੇ ਵਿੱਚ ਪੈਸਾ ਕਿੱਥੋਂ ਆ ਗਿਆ ਜਾਂ ਜਿੱਦਣ ਉਹਨੂੰ ਮਾਰਨਾ ਸੀ ਉਦਨ ਕਿਸੇ ਨੂੰ ਪਤਾ ਸੀ ਕਿ ਇਹ ਤੋਂ ਬਾਅਦ ਕੋਈ ਪੈਸੇ ਦਾ ਵੀ ਕੋਈ ਮੈਟਰ ਹੈਗਾ ਅੰਦਰ ਜਿੱਦਣ ਇਹ ਕਾਂਡ ਹੋਣਾ ਸੀ ਵੀਰਿਓ ਆਪਣੇ ਆਪ ਨੂੰ ਖਤਮ ਕਰਕੇ ਇਹ ਕਾਂਡ ਹੋਇਆ ਕਿਉਂਕਿ ਅੰਡਰ ਕਸਟਡੀ ਮਰਡਰ ਕੇ ਜੇਲ੍ਹ 'ਚ ਕਤਲ ਦੀ ਜਿਹੜੀ ਸਜ਼ਾ ਉਹ ਫਾਂਸੀ ਦੀ ਹੁੰਦੀ ਆ ਫਿਰ ਵੀ ਸਿਰਫ ਕਾਰਨ ਲਈ ਵੀ ਤੁਹਾਨੂੰ ਦੱਸ ਦਿੰਦਾ ਕਿ ਕਿਤਾਬ ਦੇ ਵਿੱਚ ਕਿਹੜੀਆਂ ਫੋਟੋਆਂ ਸੀਗੀਆਂ ਖਾਨਪੁਰ ਵਿਖੇ ਸ਼ਹੀਦ ਜੋਗਾ ਸਿੰਘ ਖਾਨਪੁਰੀਆ ਉਹਦੇ ਪਰਿਵਾਰ ਨੂੰ ਲੈਣ 'ਚ ਖਿਲਾਰ ਕੇ ਇਹਨਾਂ ਨੇ ਮਾਰਿਆ ਸੀ ਮੂੰਹ 'ਤੇ ਗੋਲੀਆਂ ਮਾਰੀਆਂ ਸੀਗੀਆਂ ਛੋਟੇ ਛੋਟੇ ਬੱਚੇ ਮਾਰੇ ਸੀਗੇ ਔਰ ਉਹਨਾਂ ਦੇ ਵਿੱਚ ਇੱਕ ਭੈਣ ਸੀ ਜਿਹਨੇ ਦੁੱਧ ਚੌਂਕ ਦੀ ਬੱਚੀ ਚੁੱਕੀ ਸੀਗੀ ਔਰ ਉਸ ਭੈਣ ਨੂੰ ਜਦੋਂ ਮਾਰਿਆ ਸੀਗਾ ਔਰ ਉਸ ਭੈਣ ਜਦੋਂ ਮਰੀ ਪਈ ਸੀਗੀ ਔਰ ਬੱਚੀ ਦੇ ਵੀ ਮੂੰਹ 'ਤੇ ਗੋਲੀਆਂ 8 ਮਹੀਨਿਆਂ ਦੀ ਬੱਚੀ ਸੀ ਉਹਦੇ ਵੀ ਮੂੰਹ 'ਤੇ ਗੋਲੀਆਂ ਸੀ ਔਰ ਭੈਣ ਦਾ ਵੀ ਸਾਰਾ ਸੀਨਾ ਜਿਹੜਾ ਸੀਗਾ ਆ ਸਾਰਾ ਦੁੱਧ ਚੁੰਘ ਦੀ ਉਹ ਬੱਚੀ ਸੀ ਤੇ ਉਹਦੀ ਮਾਂ ਦਾ ਸਾਰਾ ਸੀਨਾ ਡਾਹਤਾ ਸੀ ਗੋਲੀਆਂ ਮਾਰ ਮਾਰ ਜਦੋਂ ਡਿੱਗੀ ਪਈ ਸੀ ਔਰ ਉਹਦੀਆਂ ਮਰੀ ਦੀਆਂ ਵੀ ਬਾਹਾਂ ਆਪਣੀ ਬੱਚੀ ਵੱਲ ਸੀ ਔਰ ਉਹ ਫੋਟੋ ਵੇਖ ਕੇ ਮੇਰੇ ਮਨ 'ਚ ਇੱਕ ਖਿਆਲ ਆਇਆ ਸੀ ਵੀ ਇਹ ਭੈਣ ਨੇ ਇੱਕ ਜਵਾਬ ਇੱਕ ਰੱਬ ਨੂੰ ਸਵਾਲ ਕੀਤਾ ਹੋਏਗਾ ਕਿ ਰੱਬਾ ਇਸ ਬੰਦੇ ਨੂੰ ਸਜ਼ਾ ਮਿਲੇਗੀ ਔਰ ਉਹ ਸਿਰਫ ਫੋਟੋ ਵੇਖ ਕੇ ਤੇ ਸਿਰਫ ਇਹ ਸਾਰਾ ਅੰਤ ਹੋਇਆ ਸੀਗਾ ਉਹਦੇ ਪਾਪਾਂ ਦਾ ਅੱਜ 7 ਸਾਲਾਂ ਬਾਅਦ ਮੈਨੂੰ 6 ਸਾਲ ਹੋ ਗਏ ਨੇ ਬਾਹਰ ਆਏ ਨੂੰ ਮੈਂ ਅੱਜ ਤੁਹਾਡੇ ਸਾਹਮਣੇ ਸੱਚਾਈ ਲੱਗਾ ਲਿਆਉਂ ਕਿ ਕੀ ਹੋਇਆ ਸੀ ਇਸ ਬੰਦੇ ਦੀ ਵਿੱਚ ਕਰਤੂਤ ਕੀ ਆ ਕਰਤੂਤ ਤੁਹਾਡੇ ਸਾਹਮਣੇ ਹੈਗੀ ਆ ਹਾਂਜੀ ਅੱਜ ਮੈਂ ਸੱਚ ਤੁਹਾਡੇ ਸਾਹਮਣੇ ਆਉਂਦਾ ਹਰਪ੍ਰੀਤ ਸਿੰਘ ਸੇਰੂ ਆ ਇਹ ਵੀਰ ਨੇ ਅੰਦਰ ਪੈਟਰੋਲ ਪਹੁੰਚਾਇਆ ਸੀਗਾ ਔਰ 222 ਨੰਬਰ ਦਾ ਟੋਕਾ ਬੱਕਰ ਮਾਰਕੀਟ 'ਚੋਂ ਵੀ ਅਸੀਂ ਮੰਗਾਇਆ ਸੀਗਾ ਅੰਦਰ ਹਾਂਜੀ ਔਰ ਸਿਰੂ ਤੂੰ ਇਹ ਕੀ ਵੇਂਦਾ ਰਿਹਾ ਜਦੋਂ ਤੂੰ ਮੁਲਾਕਾਤ ਪਾਉਣ ਆਉਂਦਾ ਹੁੰਦਾ ਸੀਗਾ ਕੀ ਸੀਗਾ ਉੱਥੇ ਕੀ ਮਾਹੌਲ ਸੀਗਾ ਹਾਂਜੀ ਇਹ ਲਫਾਫੇ ਲਫਾਫੇ ਚੁੱਕ ਕੇ ਖੜਦਾ ਸੀ ਤੁਸੀਂ ਮੈਨੂੰ ਦੱਸਦੇ ਹੁੰਦੇ ਸੀ ਵੀ ਇਹ ਰੱਖਿਆ ਮੁੰਡਾ ਆਪਣਾ ਸ਼ਕਤੀ ਹਾਂ ਹਾਂਜੀ ਔਰ ਕੋਈ ਰੋਲ ਨਹੀਂ ਵੀਰਿਓ ਐਵੇਂ ਪੂਲਾ ਕਾਂਡ ਦੇ ਨਾਂ 'ਤੇ ਬੰਦਾ ਲੋਕਾਂ ਨੂੰ ਮਿਸਯੂਸ ਕਰ ਰਿਹਾ ਵਾ ਸਿੱਖ ਭਾਈਚਾਰੇ ਦੀਆਂ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਇਹ ਬੰਦਾ ਮਤਲਬ ਉਹਨਾਂ ਦਾ ਮਿਸਯੂਸ ਕਰਦਾ ਵਾ ਔਰ ਅੱਜ ਇਹ ਮਾਤਾ ਦੀਆਂ ਆਹਾਂ ਵੇਖ ਕੇ ਵੀਰੇ ਮੈਂ ਸੱਚ ਤੁਹਾਡੇ ਸਾਹਮਣੇ ਲੈ ਕੇ ਆਇਆ ਔਰ ਇਹ ਜਿੰਨੀਆਂ ਮੈਂ ਗੱਲਾਂ ਕੀਤੀਆਂ ਨੇ ਇਹਨੂੰ ਕਿਹਾ ਕਿ ਸ਼ਹੀਦਾਂ ਸਾਹਿਬ ਜਾ ਕੇ ਆਪਣੇ ਬੱਚੇ ਦੇ ਸਿਰ 'ਤੇ ਕਸਮ ਖਾ ਲਏ ਹੱਥ ਰੱਖ ਕੇ ਕਿ ਇਹ ਸਾਰੀਆਂ ਗੱਲਾਂ ਵੀ ਗਲਤ ਨੇ ਔਰ ਮੈਂ ਕਹਾਂਗਾ ਕਿ ਇਹੋ ਹੀ ਬੰਦਾ ਵਾ ਇਹੋ ਇਹਨੇ ਹੀ ਸਾਰਾ ਕੁਝ ਕੀਤਾ ਸ਼ਾਇਦ ਆਹ ਵੀ ਮਾਂ ਝੂਠ ਬੋਲਣ ਡਈ ਹੋਏ ਮੈਂ ਇਹ ਕਹਿ ਦਾਂਗਾ ਵੀ ਆਹ ਵੀ ਮਾਂ ਝੂਠ ਬੋਲਣ ਡਈ ਹੈ ਸ਼ਾਇਦ ਪਰ ਇਹ ਇਹੋ ਜਿਹੇ ਗਿਰੇ ਹੋਏ ਇਨਸਾਨ ਵੀਰੇ ਉਹ ਕਸਮ ਵੀ ਖਾ ਸਕਦੇ ਨੇ ਆਪਣੇ ਬੱਚੇ ਦੀ ਪਰ ਸੱਚ ਲਿਓ ਤੁਹਾਡੇ ਸਾਹਮਣੇ ਹੀ ਮਾਤਾ ਜੀ ਕੋਈ ਗੱਲ ਨਹੀਂ ਹੌਸਲਾ ਰੱਖੋ ਸਮਝ ਲਓ ਤੁਹਾਡਾ ਬੇਟਾ ਦੁਬਾਰਾ ਤੁਹਾਨੂੰ ਕਿਸੇ ਤਰ੍ਹਾਂ ਦੀ ਵੇਖੋ ਸਾਰੀ ਪੰਚਾਇਤ ਦੇ ਸਾਹਮਣੇ ਇਹਨਾਂ ਵੀਰਾਂ ਦੇ ਵੀਡੀਓ ਬਣਾਉਣ ਦਾ ਤੇ ਮਤਲਬ ਆ ਕਿ ਸਿਰਫ ਅਸੀਂ ਲੋਕਾਂ ਨੂੰ ਜਾਣੂ ਕਰਾਉਣਾ ਚਾਹੁੰਦੇ ਆ ਸਾਰਿਆਂ ਸਾਹਮਣੇ ਵਾਅਦਾ ਵਾ ਵੀ ਤੁਹਾਨੂੰ ਅੱਜ ਤੋਂ ਬਾਅਦ ਕੋਈ ਕਿਸੇ ਉੱਠ ਭੈਣ ਦੀ ਕਿਤੇ ਰੱਖੜੀ ਹੈ ਰੱਖੜੀ ਮਤ ਤੇਰੀ ਭੈਣ ਤੈਨੂੰ ਦੀ ਪਰ ਭੈਣ ਵਿਚਾਰੀ ਵੀ ਇੱਥੇ ਕਿਤੇ ਰੋ ਖੱਪ ਕੇ ਗਈ ਆ ਵਿਚਾਰੀ ਮੈਂ ਤੇਰੀ ਇਹ ਮਸੂਮ ਬੱਚਾ ਹੈ 13-14 ਸਾਲ ਦਾ ਔਰ ਹਾਕੀ ਦਾ ਪਲੇਅਰ ਸੀਗਾ ਹਾਕੀ ਖੇਲਦਾ ਸੀਗਾ ਔਰ ਤੁਹਾਡੇ ਸਾਹਮਣੇ ਆ ਜੁਲਮ ਪਾਪ ਤੁਹਾਡੇ ਸਾਹਮਣੇ ਮੈਂ ਇੱਥੇ ਕਹਾਂਗਾ ਕਿ ਪੂਲੇ ਨਿਹੰਗ ਦੇ ਜਿਹੜੇ ਪਾਪ ਸੀ ਉਹਨਾਂ ਨੂੰ ਵੀ ਇਸ ਬੰਦੇ ਨੇ ਮਾਤ ਦੇ ਦਿੱਤੀ ਹੈ ਆ ਤੁਸੀਂ ਸਾਹਮਣੇ ਵੇਖ ਰਹੇ ਹੋ ਇਹ ਗੁਰਸਿੱਖ ਮਾਂ ਹੈ ਵਿਚਾਰੀ ਔਰ ਛੱਡ ਕੇ ਸੁੱਟ ਕੇ ਆਂਦੇ ਆ ਮੁਸਲਮਾਨਾਂ ਦਾ ਇਲਾਕਾ ਮੈਂ ਫੜਿਓ ਦਮ ਤੁਹਾਨੂੰ ਮੈਂ ਵੀਰੇ ਮੇਰਾ ਇੱਥੇ ਆ ਗਈ ਚਲੋ ਮੈਂ ਇੱਕ ਗੱਲ ਕਹਾਂਗਾ ਵੀਰੇ ਸ਼ਾਇਦ ਇਹ ਚੀਜ਼ ਕਿਸੇ ਨੂੰ ਬੁਰੀ ਲੱਗੇ
ਪਰ ਅੱਜ ਜੋ ਇਹਨਾਂ ਦੇ ਮੈਂ ਹਾਲਾਤ ਵੇਖੇ ਨੇ ਘਰ ਦੇ ਹਾਲਾਤ ਵੇਖੇ ਨੇ ਪਿੰਡ ਦੀ ਪੰਚਾਇਤ ਨੇ ਮੈਨੂੰ ਕਿਹਾ ਮੈਨੂੰ ਪੈਨ ਦਿਓ ਇੱਕ ਇੱਕ ਲੱਖ ਰੁਪਈਆ ਵੀਰੇ ਮੈਂ ਆਪਣੇ ਆਪਣੇ ਮੇਰੇ ਮਨ ਦੀ ਆਵਾਜ਼ ਆਈ ਕਿ ਮਾਂ ਨੂੰ ਇੱਕ ਲੱਖ ਰੁਪਈਆ ਮੈਂ ਬਾਕੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਆ ਹਰ ਤਰ੍ਹਾਂ ਦਾ ਅੱਖਾਂ ਦਾ ਪ੍ਰਸ਼ਨ ਵੀ ਹਰ ਚੀਜ਼ ਕਰਵਾਵਾਂਗੇ ਦਿਲ ਦਾ ਇਲਾਜ ਵੀ ਪਰ ਇਸ ਟਾਈਮ ਮੇਰੇ ਮਨ 'ਚ ਆਇਆ ਮੈਨੂੰ ਦਿਓ ਪੈਨ ਆਪਣਾ ਮਾਤਾ ਨੇ ਜਗ੍ਹਾ ਵੀ ਵੇਚ ਦਿੱਤੀ ਹਜ਼ਾਰਾਂ ਨਾਲ ਦਵਾਈ ਆਉਂਦੀ ਆ ਮਾਤਾ ਦਿਲ ਦੀ ਰੋਗੀ ਆ ਭਲਾ ਕਰਨ ਡੇ ਆ ਚਲੋ ਪਰਮਾਤਮਾ ਬਾਬਾ ਨਾਨਕ ਔਰ ਇਹ ਮਾਂ ਨੂੰ ਨੀ ਦੁਬਾਰਾ ਇਹਦੀ ਅੱਖ ਚ ਅੱਥਰੂ ਨੀ ਆਉਣ ਦੇਵਾਂਗੇ ਬਾਕੀ ਪੁੱਤ ਦੀ ਕਮੀ ਜਿਹੜੀ ਆ ਵੀਰੇ ਉਹ ਤਾਂ ਨਹੀਂ ਪੂਰੀ ਹੋ ਸਕਦੀ ਪਰ ਪੁੱਤ ਬਣ ਕੇ ਵਿਖਾਲਾਂਗੇ ਪੂਰਾ ਸਾਥ ਦੇਵਾਂਗੇ ਮਾਤਾ ਦਾ ਆ ਕਰਤੂਤਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਹਰਚੰਦ ਸਿੰਘ ਮਾੜੀ ਗੰਬੋ ਕੇ ਵੀਰੇ ਜਿਹਨੂੰ ਅੱਜ ਹਰਚੰਦ ਸਿੰਘ ਖਾਲਸਾ ਕਹਿੰਦੇ ਹੋ ਮੈਂ ਤਾਂ ਮਹਾ ਪਾਪ ਆ ਇਸ ਬੰਦੇ ਦੇ ਮਗਰ ਖਾਲਸਾ ਲਗਾਉਣਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਹਾਏ ਤੇ ਗੰਦਾ ਬੰਦਾ ਪ੍ਰਚਾਰ ਇਹ ਬੜਾ ਆ ਕਿੰਨਾ ਇਹ ਬਕਵਾਸ ਕਰ ਰਿਹਾ ਸੀਗਾ ਔਰ ਲੋਕਾਂ ਨੂੰ ਕਿੰਨਾ ਲੋਕ ਵੀ ਵਿਚਾਰੇ ਡਬਲ ਮਾਈਂਡ ਸੀ ਮੈਨੂੰ ਕਈ ਲੋਕਾਂ ਦੇ ਫੋਨ ਆਉਣਗੇ ਭਾਜੀ ਕਲੀਅਰ ਕਰੋ ਸਪਸ਼ਟੀਕਰਨ ਦਿਓ ਆ ਹਰਪ੍ਰੀਤ ਸਿੰਘ ਸੇਰੂ ਨੇ ਦਿੱਤਾ ਸਪਸ਼ਟੀਕਰਨ ਇਹਨੇ ਵੈਸੇ ਕਲੀਅਰ ਕੀਤਾ ਵਾ ਇਹ ਅਸਲ ਵੀਰ ਇਹਨਾਂ ਦੇ ਸਾਥ ਨਾਲ ਲੱਗੋ ਕੰਮ ਨੇਪਰੇ ਚੜਿਆ ਸੀ ਪੈਟਰੋਲ ਇਹਨਾਂ ਨੇ ਪਹੁੰਚਾਇਆ ਅੰਦਰ ਸਾਰੀ ਚੀਜ਼ ਔਰ ਮਤਲਬ ਹੁਣ ਦੱਸੋ ਮੈਨੂੰ ਵੀ ਕੀ ਤੁਹਾਡਾ ਮਤਲਬ ਦਿਲ ਦਾ ਰੋਗ ਪਹਿਲਾਂ ਮੈਂ ਦਵਾਈ ਖਾਂਦੀ ਰਹੀ ਮੈਂ ਦਵਾਈ ਬੜੀ ਮਹਿੰਗੀ ਆਉਂਦੀ ਸੀ ਹੁਣ ਮੈਂ ਦਵਾਈ ਛੱਡ ਦਵਾਈ ਛੱਡ ਦਿੱਤੀ ਆ ਪੈਸੇ ਬਿਨਾ ਛੱਡ ਦਿੱਤੀ ਕੋਈ ਨਹੀਂ ਮਾਤਾ ਜੀ ਔਰ ਮੈਂ ਕਹਾਂਗਾ ਚਲੋ ਯਾਰ ਵੈਸੇ ਮਾਤਾ ਵਿਚਾਰੀ ਪੈਸੇ ਦੀ ਕੋਈ ਮਾਤਾ ਵੱਲੋਂ ਕੋਈ ਮੰਗ ਨਹੀਂ ਪਰ ਫਿਰ ਵੀ ਯਾਰ ਇਹਦਾ ਇਸ ਮਾਂ ਦਾ ਸਾਥ ਦੇਣਾ ਸਾਡਾ ਫਰਜ਼ ਆ ਤੁਸੀਂ ਮੈਨੂੰ ਮੇਰੇ ਨਾਲ ਗੱਲ ਫੋਨ ਤੇ ਮਾਤਾ ਜੀ ਦਾ ਮੈਂ ਨੰਬਰ ਦਵਾਂਗਾ ਤੁਸੀਂ ਸਿੱਧੀ ਇਹਨਾਂ ਨਾਲ ਗੱਲ ਕਰੋ ਕੋਈ ਗੱਲ ਹਾਂਜੀ ਹਾਂ ਜਿਹੜਾ ਪੈਸਾ ਬਾਹਰੋਂ ਆਉਂਦਾ ਇਹਦਾ ਬੰਦ ਹੋ ਬੰਦ ਹੋਣਾ ਚਾਹੀਦਾ ਪਾਪ ਆ ਇਸ ਬੰਦੇ ਦੀ ਮਦਦ ਕਰਨੀ ਪਾਪ ਪਿੰਡ ਚੋਂ ਵੇਖੋ ਹਾਂਜੀ ਆਇਆ ਤੇ ਮੈਂ ਮਾਤਾ ਜੀ ਦਾ ਸਿਰ ਮਾਤਾ ਨੇ ਫੋਨ ਕੀਤਾ ਵੀ ਬੇਟਾ ਮੈਨੂੰ ਆ ਮੈਂ ਬਿਮਾਰ ਆ ਨਾਲੇ ਇਸ ਬੰਦੇ ਦੀਆਂ ਕਰਤੂਤਾਂ ਤੈਨੂੰ ਦੱਸਾਂ ਪਰ ਮੈਂ ਇੱਥੇ ਆ ਕੇ ਜੋ ਕੁਝ ਸੁਣ ਲਿਆ ਵਾ ਮੈਂ ਤੇ ਵੀਰੇ ਹੈਰਾਨ ਆ ਔਰ ਇਹ ਬੰਦੇ ਦਾ ਉਹਨੇ ਕਾਂਡ ਚ ਵੀਰੇ ਸਾਰਾ ਮੈਂ ਕਲੀਅਰ ਕਰ ਦਿੱਤਾ ਵਾ ਇਸ ਬੰਦੇ ਦਾ ਜਿਹੜਾ ਜੋ ਵੀ ਇਹਦਾ ਬੰਦੇ ਦਾ ਮਾੜਾ ਮੋਟਾ ਜੇ ਕਿਤੇ ਖਲੋਤਾ ਸੀ ਕਿਤੇ ਬਾਹਰ ਗੇਟ ਤੇ ਜਾਂ ਇੱਧਰ ਉੱਧਰ ਪਰ ਇਸ ਬੰਦੇ ਦੇ ਹੁਣ ਤੁਹਾਡੇ ਹੱਥ ਵਿੱਚ ਆ ਕਿ ਤੁਸੀਂ ਇਸ ਬੰਦੇ ਨੂੰ ਕਿਹੜੀ ਕਿਹੜੇ ਲਫ਼ਜ਼ ਨਾਲ ਨਵਾਜ਼ਦੇ ਜੀ ਮੇਰੇ ਖਿਆਲ ਨਾਲ ਹਾਂਜੀ ਇਹ ਜਲਾਦ ਹੈ ਇਹੋ ਜਿਹੇ ਬੰਦੇ ਜਲਾਦ ਪੁੱਤ ਦਾ ਜਲਾਦ ਕੁੱਕੜ ਮਰੋੜ ਕੇ ਤੇ ਉਹ ਵੀ ਨਹੀਂ ਮਰੋੜ ਨੂੰ ਜੀ ਕਰਦਾ ਕੋਈ ਜਾਨਵਰ ਆ ਜਾ ਮੈਂ ਪੈਰ ਪਾਸੇ ਰੱਖ ਦੇਣੀ ਹੈ ਮੇਰੇ ਪੈਰ ਥੱਲੇ ਨਾ ਮਾਤਾ ਜੀ ਨੇ ਆਪਣਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਵੀ ਮੇਰਾ ਬੱਚੇ ਨੂੰ ਵੀ ਗਲਾ ਘੁੱਟ ਕੇ ਵੇਖੋ ਯਾਰ ਮੈਂ ਕਿਉਂਕਿ ਮੇਰੀ ਮਾਂ ਵੀ ਮੈਨੂੰ ਕਿਹਾ ਕਰਦੀ ਜਦੋਂ ਮੈਂ ਜੇਲ੍ਹ ਵਿੱਚ ਸੀ ਔਰ ਉਹਨੇ ਕਹਿਣਾ ਵੀ ਤੁਸੀਂ ਥੱਲੇ ਸੌਂਦੇ ਜੇ ਅਸੀਂ ਕਹਿਣਾ ਹਾਂ ਖੱਡਿਆਂ ਤੇ ਔਰ ਉਹਨੇ ਵਿਚਾਰੀ ਨੇ ਵੀ ਮੰਜਾ ਛੱਡ ਕੇ ਨਾ ਥੱਲੇ ਫਰਸ਼ ਤੇ ਹੀ ਸੌਣਾ ਵੀ ਮੇਰਾ ਬੱਚਾ ਫਰਜ਼ ਮੈਂ ਵੀ ਫਰਸ਼ ਤੇ ਸੌਣਾ ਹੈ ਮੇਰੀ ਮਾਂ ਦੀ ਪਰ ਅੱਜ ਵਾਕਿਆ ਮੈਂ ਉਹ ਦੂਜੀ ਵਾਰ ਗੱਲ ਸੁਣ ਲਈ ਕਿ ਮੇਰੇ ਬੱਚੇ ਦਾ ਗਲਾ ਘੁੱਟ ਕੇ ਮਾਰੇ ਤੇ ਮੈਂ ਵੀ ਆਪਣਾ ਗਲਾ ਘੁੱਟਣ ਦੀ ਕੋਸ਼ਿਸ਼ ਕਰਦੀ ਰਹੀ ਔਰ ਫਿਰ ਵੀ ਬਾਅਦ ਤੇ ਉਹ ਬੱਚਾ ਕਿੰਨਾ ਕੁਰਲਾਇਆ ਹੋਵੇਗਾ ਮੇਰਾ ਪੁੱਤ ਮੇਰੇ ਬੱਚੇ ਨੇ ਸੱਜਣ ਆਏ ਨੇ ਗੱਲਬਾਤ ਹੋਣ ਦੇ ਦਰਮਿਆਨ ਆ ਕੇ ਬੈਠੇ ਨੇ ਦੱਸੋ ਭਾਜੀ ਸੱਜਣ ਆਓ ਸੀ
ਫਿਰ ਸਾਨੂੰ ਬਣਨਾ ਫਿਰ ਜੋ ਇੱਥੇ ਆਏ ਮੰਨ ਗਏ ਹਾਂ ਇੱਥੇ ਮੰਨ ਗਏ ਮੰਨ ਗਏ ਉੱਥੇ ਇੱਥੇ ਮੰਨ ਗਏ ਮੰਨ ਗਏ ਆ ਸਰਪੰਚ ਸਾਹਿਬ ਹੀ ਉਦੋਂ ਉਸ ਟਾਈਮ ਸਰਪੰਚ ਇੱਥੇ ਹੀ ਮੰਨ ਗਏ ਸੀਗੇ ਜਦੋਂ ਮੰਨ ਗਿਆ ਤਸੀ ਜਗ੍ਹਾ ਪਰ ਉਹ ਹਾਂ ਹਾਂ ਕੋਈ ਗੱਲ ਨਹੀਂ सच वीर सारियां सिख कौम दियां भावनावां जुड़ियां ने उस केस दे नाल और ये क्लीयर करना साडा फर्ज हीगा और मैं कहिंदा सुगर इस मां दा कि इन्होंने मैनूं फोन करना ही और मैं इत्थे आ के इन्हां दी तकलीफ वेख के इन्हां दियां इस मां दे अथरू वेख के रो रो के जिहदियां अखां वी अन्नियां हो गईआं ने इह मां दियां आहां वेख के मेरे मन च आया भी इह पूरी तरह क्लीयर करना चाहीदा वा इस बंदे नूं लोकां सामने क्लीयर और दूजी गल है भी जदों रोल ही कोई नहीं विच ते फिर इस बंदे दे नाल मतलब सहानुभूति भी कदी आ करियो भाजी अगे फिर जी पुलिस आई हां पर्चा आया भाजी घोटाला सब मेरी गवाही पाई हां मैं गवाही पहलो नहीं ਤੁਹਾਡੀ ਗਵਾਹੀ ਮੇਰੀ ਗਵਾਹੀ ਤੁਹਾਡੀ ਗਵਾਹੀ ਤੇ ਇਹਨੂੰ ਫਿਰ ਸਜ਼ਾ ਹੋਈ ਗਈ ਮੇਰੀ ਗਵਾਹੀ ਸੀ ਸਜ਼ਾ ਤਾਂ ਹੋਣੀ ਵੀ ਨਹੀਂ ਸਜ਼ਾ ਤੇ ਹੋਣੀ ਸਜ਼ਾ ਮੈਂ ਤੁਹਾਨੂੰ ਦੱਸਦਾ ਹੁਣ ਇਹ ਕੋਈ ਗੱਲਾਂ ਸਿਰਫ ਇਹ ਨਹੀਂ ਵੀ ਗੱਲਾਂ ਮਾਂ ਵਿਚਾਰੀ ਰੋ ਰਹੀ ਜਾਂ ਗੱਲਾਂ ਨਹੀਂ ਇਸ ਬੰਦੇ ਨੂੰ 15 ਸਾਲ ਸਜ਼ਾ ਹੋਈ ਆ ਇੱਕ ਦਿਨ ਇਹਨੂੰ ਮਾਫੀ ਨਹੀਂ ਦਿੱਤੀ ਗਈ ਐਡਾ ਮਾੜਾ ਕੇਸ ਆ ਪੂਲੇ ਕਾਂਡ ਦੇ ਵਿੱਚ ਤੇ 6 ਸਾਲਾਂ ਬਾਅਦ 6.5 ਸਾਲਾਂ ਬਾਅਦ ਸਾਰੇ ਬਾਹਰ ਹੋ ਗਏ ਬਰੀ ਹੋ ਗਏ ਇਹ ਬੰਦਾ ਹੀ 14 ਚ ਬਾਹਰ ਆ ਜਾਂਦੇ ਆ ਸਾਰੇ ਇਹ ਬੰਦਾ 2019 ਚ ਬਾਹਰ ਆਉਂਦਾ ਆਪਣੀ ਸਜ਼ਾ ਭੁਗਤ ਕੇ ਔਰ ਗਵਾਹ ਜਿਹੜੇ ਨੇ ਉਹ ਤੁਹਾਨੂੰ ਦੱਸ ਰਹੇ ਨੇ ਕਿ ਪਹਿਲਾਂ ਹੀ ਮੰਨ ਗਿਆ ਥਾਣੇ ਜਾਣ ਤੋਂ ਪਹਿਲਾਂ ਹੀ ਮੰਨ ਗਿਆ ਇਹ ਗੱਡੀ 'ਚ ਮੰਨ ਗਿਆ ਜੀ ਗੱਡੀ 'ਚ ਫਿਰ ਕੀ ਇਹ ਮੰਨਿਆ ਭਾਜੀ ਕਿ ਕਾਰਾ ਜਿਹੜਾ ਇਹਨੇ ਕੀਤਾ ਪਾਪ ਉਹ ਕੀ ਯਾਰ ਹੋਣਾ ਸੀ ਅਖੀਰ ਦੀ ਬਾਕੀ ਪਾਪ ਕਿੰਨੇ ਹੋ ਗਈ ਤੇ ਪੀਤੇ ਬਣਾ ਹੀ ਉਹ ਇਨਸਾਨ ਸਾਹਿਬ ਜੀ ਦੀ ਗੱਲ ਹੋ ਗਈ ਨਾ ਉਹਦੀ ਕੋਠੀ ਗਵਾਹੀ ਲਿਖੀ ਜਾਂਦੀ ਫਿਰ ਸਭ ਤੋਂ ਵੱਡੀ ਗੱਲ ਹੁੰਦੀ ਗਵਾਹੀ ਦੇਣੀ ਔਰ ਮੈਂ ਤਾਂ ਕਹਿੰਦਾ ਕਿ ਸਲੂਟ ਆ ਇਦਾਂ ਦੇ ਬੰਦਿਆਂ ਨੂੰ ਫਿਰ ਹੁਣ ਆਖਿਆ ਇਸ ਮਾਂ ਦੇ ਬੱਚੇ ਨੂੰ ਕਤਲ ਬੇਰਹਿਮੀ ਨਾਲ ਕਰਨ ਵਾਲੇ ਅਗਰ ਬੰਦੇ ਨੂੰ ਸਜ਼ਾ ਮਿਲੀ ਆ ਤੇ ਇਹ ਭਾਜੀ ਉਹਨਾਂ ਦੇ ਗਵਾਹੀ ਤਾਂ ਮਿਲੀ ਆ ਪਰ ਹਾਂਜੀ ਫਿਰ ਉਹ ਜਿਹੜੇ ਸਾਡੇ ਪਿੰਡ ਪਰੇ ਵਾਲੇ ਕਰਦੇ ਹੁੰਦੇ ਆਂਦੇ ਉਹ ਪੱਗ ਬਹਿ ਜਾ ਬਹਿ ਜਾ ਗਵਾਹੀ ਨੂੰ ਤੇ ਨੂੰ ਨੇ ਆਣ ਕੇ ਮੈਂ ਜੋ ਮਰਜ਼ੀ ਹੋ ਜੇ ਮੈਂ ਨਹੀਂ ਕੋਈ ਕਰਨਾ ਮੈਂ ਹਾਂ ਦੁਸ਼ਮਣ ਤਾਂ ਮਾਇਆ ਗਿਆ ਉਹਦਾ ਕੱਲਾ ਕੱਲਾ ਪੁੱਤ ਮਾਰ ਕੇ ਤੇ ਕੀ ਕੱਲਾ ਤੇ ਉਹ ਜਦੋਂ ਪੈਸੇ ਆਉਂਦੇ ਵੀ ਸਾਡੇ ਪਿੰਡ ਦੋ ਉੱਥੇ ਦੋ ਤਿੰਨ ਜਵਾਨ ਨੇ ਵੀ ਕਾਹਦੇ ਪੈਸੇ ਦਿੰਦੇ ਇਹਨਾਂ ਨੂੰ ਹਾਂ ਹੁਣ ਅਖਬਾਰ 'ਚ ਅਸੀਂ ਮੈਂ ਵੀ ਅਖਬਾਰ 'ਚ ਖਬਰ ਵੇਖੀ ਸੀ ਮੈਂ ਦਿੱਤੇ ਪਿਆ ਉਹਦੇ ਹਾਂ ਤੇ ਕਾਹਦੇ ਪੈਸੇ ਦਿੰਦੇ ਇਹਨਾਂ ਦੇ ਪਿਓ ਮਾਰੇ ਆਪਦਾ ਪਿਓ ਨਹੀਂ ਖੁਦ ਆਪਦਾ ਮਾਰਿਆ ਇਹਨੇ ਹੈ ਇਹਨੇ ਪਿਓ ਦਾ ਮਾਰਿਆ ਖੁਦ ਇਹ ਬੰਦੇ ਆਪਣਾ ਆਪ ਆਪ ਪਿਓ ਮਾਰਿਆ ਨੇ ਕਿਉਂ ਕਾਹ ਨੇ ਉਹ ਪਾਪੀਆਂ ਦਾ ਸਾਂਭਦਾ ਵੀ ਨਾਮ ਸੋ ਇੱਕ ਮਿੰਟ ਬਬਲਾ ਹੀ ਸੀ ਬਬਲਾ ਕੀ ਜਾਂਦੇ ਹੁੰਦੀਆਂ ਉਹਨਾਂ ਆਖਿਆ ਵੀ ਕਾਹਦੇ ਪੈਸੇ ਦੇਣ ਮੁਲਕ ਦੇਣ ਦਿਆਂ ਨੂੰ ਹੁਣ ਇਹ ਨਾਲ ਏਡਾ ਪਾਪੀ ਦੋ ਤਿੰਨ ਬੰਦੇ ਉੱਥੇ ਮਾਰੇ ਦੋ ਗਏ ਡੱਗੀ ਵਾਲਾ ਮਾਰਿਆ ਚਾਰੇ ਨੂੰ ਗਲ ਘੁੱਟ ਗਈ ਡੱਗੀ ਵਾਲਾ ਕੀ ਮਤਲਬ ਪਰ ਲੁੱਟ ਆ ਗਏ ਆ ਜਿਹੜੇ ਵੀ ਪਿੰਡਾਂ ਦੇ ਰਾਸ਼ੇ ਰੂਸ਼ੇ ਮੁੱਤਰਦੇ ਫਿਰਦੇ ਵੇਚਦੇ ਜੀ ਕੱਪੜੇ ਵੇਚ ਰਹੇ ਨੇ ਕੱਪੜਾ ਵੇਚਦੇ ਰਾਸ਼ੇ ਜਿਹੜੇ ਆਉਂਦੇ ਨੇ ਹਾਂ ਹਾਂ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਵੀ ਇਹਨੇ ਸਮਾਨ ਲੁੱਟ ਕੇ ਉਹਨਾਂ ਨੂੰ ਮਾਰ ਕੇ ਨੱਪਿਆ ਜਦੋਂ ਡਰੂ ਵਿੱਚ ਪੁਲਿਸ ਨੇ ਕੀਤੀ ਫਿਰ ਉਹ ਵੀ ਇਹਨੇ ਬਿਆਨ ਦਿੱਤੇ ਉਹ ਚੰਦ ਨੇ ਬਿਆਨ ਦਿੱਤੇ ਚੰਦ ਉਹਦੇ ਵਾਲੀਏ ਮੁੰਡੇ ਨੇ ਉਹਦੇ ਨਾਲ ਕੀ ਨਾ ਜਨਤਾ मोहतवर बंदे दस रहे कि कल्ला इस मां दा बच्चा ही नहीं अपना प्यो भी और जिहड़े कपड़े वेच लाउंदे ने बेचारे डगी उन्हां बंदियां नूं भी लुट के ते उन्हां नूं मार दिंदे रहे ने बच्चा भी अज दुबारा जींदा हो गया मैं वादा करदा वा सारिया नाल ही सारी चलो मैं मेरे मन चो गल निकली है कि ये मां आज तो बाद नहीं रुलेगी हर तरह का इस भैन का इलाज माता जी दी अखां दी रोशनी घट गई रो रो के अखां दा प्रश्न भी करावांगे हार्ट दा भी वैसे इन्हां नूं ढाडे साथ नहीं वीरो पैसा हर चीज नहीं हुंदी जिन्हें अपना पुत गवा लिया पैसा का कुछ भी नहीं पर अज इस मां दी अखां दा प्रश्न होना दिल का ऑपरेट होना और सारा इलाज भाजी कोई चिंता नहीं मैनू तुसीं जदों मर्जी आवाज दो ਆਪਾਂ ਇਹਨਾਂ ਦੇ ਨਾਲ ਖੜੇ ਆ ਕਿਉਂ ਕਿਉਂਕਿ ਉਹ ਬੰਦਾ ਉਹਦਾ ਪੂਲੇ ਕਾਂਡ 'ਚ ਵੀ ਕੋਈ ਰੋਲ ਨਹੀਂ ਹੈਗਾ ਜਾਂ ਤਾਂ ਇਹਨਾਂ ਦਾ ਕੋਈ ਰੋਲ ਆ ਅਸੀਂ ਮੰਨੀਏ ਵੀ ਚਲੋ ਜੀ ਇਹਦੇ ਗੰਦੇ ਪਾਪ ਕੀਤੇ ਸੀ ਤੇ ਚਲੋ ਇੱਕ ਬੰਦੇ ਨੇ ਪਰ ਉਹਦਾ ਉਹਦੇ ਵਿੱਚ ਵੀ ਕੋਈ ਰੋਲ ਨਹੀਂ ਔਰ ਇਹ ਮਾਤਾ ਵਿਚਾਰੀ ਦਾ ਜਿਹੜਾ ਸਾਥ ਆ ਮੈਂ ਸਾਰੇ ਵੀਰਾਂ ਨੂੰ ਕਹਾਂਗਾ ਇਹ ਮਾਤਾ ਦਾ ਕੋਈ ਨੰਬਰ ਲੈਣਾ ਚਾਹੁੰਦਾ ਤੁਸੀਂ ਨੰਬਰ ਲੈ ਲਓ ਮਾਤਾ ਜੀ ਨੰਬਰ ਬੋਲੋ ਆਪਣਾ
बोलो नंबर अपना, मैं इस माता जी का नंबर तुम्हें दवांगा, तुम मेरे न संपर्क करो, कोई वीर इन्हों गल करनी चाहे मैं इन्हों का तुम नंबर दे दूंगा, सीधी तुम माता जी गल करो इन्हों के फादर न भाजी होना गल करो। मैं तो यार सलूट आ सिर झुकदा यहो जे लोग सुनिया ही कि मतलब लोग जड़े ने भी कई इदा के लोग ने जो एक दूसरे की खातर अपने आप कुरबान कर देंगे ने, इदा के वीर अगे सिर झुकदा वा कि गवाही देनी किसी बंदे दे मतलब खिलाफ और उन्हू 15 साल सजा करवानी भाजी होना ने, और सलूट आ इदा के लोगों और इन्हों की गवाही ना ही उस बंदे सजा सारा क्लियर दसता भी होया कि वो 15 सेकेंटा का काम ही। हां जी मैं तो सरपंच नहीं है। हां जी मैं तो छोटा सरपंच ਗੱਡੀ ਚੋਂ ਮੈਂ ਜਾ ਕੇ ਬਹੁਤ ਫੜ ਕੇ ਨੂੰ ਲਾਇਆ। ਇਹ ਨਾ ਨਾ ਜਾਂਦੇ ਤਾਂ ਉਹਨੇ ਭਜਣਾ ਹੀ ਲੱਭਣਾ ਹੀ ਨਹੀਂ ਹੁਣੇ। ਅੱਛਾ 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 ਇਹ ਨਾ ਜਾਂ ਉਹਨੇ ਉਤਰਨੇ ਕਿਹੇ ਤੋਂ। ਠੀਕ ਹੈ ਤੇ ਅਸੀਂ ਰਾਜੇ ਵੀ ਜਿੰਨੀ ਜੋਗੇ ਇਹ ਸਾਡਾ ਆਪਦਾ ਹੀ ਪਰਿਵਾਰ ਅਸੀਂ ਨਾਲ ਇਹਨਾਂ ਦੇ ਹੋਰ ਇਹ ਨਾਲ 2-3 ਸਾਲ ਫਿਰ ਜਦੋਂ ਲਾਇਆ ਤੇ ਫਿਰ ਮੰਨਿਆ ਲਾ ਕੇ ਲਿਆਂਦਾ ਜੋ ਹੋਇਆ ਤਾਂ ਸੋਹਣੀ ਲਾ ਗਿਆ ਮਰੂਤੀ ਉਹ ਮੁੰਡਾ ਸੇਵਕ ਇਹ ਜਿਹੜਾ ਕਰਤੂਤਾ ਜਿਹੜੀਆਂ ਨੇ ਉਹ ਤਾਂ ਸੋਹਣੀ ਲਈਆਂ। ਹਾਂਜੀ ਅਸੀਂ ਤੇ ਇਸ ਗੱਲ ਦੇ ਰਾਣ ਆ ਵੀ ਇੱਕ ਪਾਪੀ ਬੰਦਾ ਦੇ ਤੁਸੀਂ ਇਹਨੂੰ ਏਡਾ ਵੱਡਾ ਚੁੱਕ ਤਾਂ ਚੁੱਕਣ ਵਾਲੇ ਤੁਸੀਂ ਜੇ ਹਾਂ ਨਹੀਂ ਅਸੀਂ ਤੁਹਾਡਾ ਹੀ ਰੋਲ ਗਿਣਾਂਗੇ ਇਹੋ ਜਿਹੇ ਪਾਪੀ ਨੂੰ ਤਾਂ ਲੰਘਣ ਨਹੀਂ ਚਾਹੀਦਾ। ਇਹੋ ਜਿਹੇ ਪਾਪੀ ਬੰਦੇ ਨੂੰ ਉਹਨਾਂ ਦਾ ਕਹਿਣ ਦਾ ਮਤਲਬ ਵੀ ਆਪਣੇ ਭਾਂਡੇ ਮਾਂਜਣ ਵਾਸਤੇ ਵੀ ਨਹੀਂ ਰੱਖਣਾ ਚਾਹੀਦਾ ਆਪਣੀ। ਚਲੋ ਸਾਨੂੰ ਹੁਣ ਪਤਾ ਵੇਖੋ ਉੱਥੇ ਜੇਲ੍ਹ ਦੇ ਵਿੱਚ ਇੱਦਾਂ ਹੀ ਲੋਕਾਂ ਨੂੰ ਰੱਖ ਲਈਦਾ ਕਿ ਤੂੰ ਆਹ ਭਾਂਡੇ ਦਾਲ ਦੂਲ ਨੂੰ ਤੜਕੇ ਲਾ, ਔਰ ਪਰ ਉਹ ਬੰਦੇ ਨੂੰ ਭਾਂਡੇ ਮਾਂਜਣ ਦੇ ਨਾਲ ਹੀ ਸਿਰਫ ਉਹ ਬੰਦੇ ਨੂੰ ਇੱਕ ਇੰਨੀ ਉਹਦੀ ਜਿਹੜੀ ਨਿਸ਼ਾਨ ਸਿੰਘ ਮਾੜੀ ਕੰਬੋ ਕੇ ਤੋਂ ਮੈਂ ਯਾਰ ਮੇਰੇ ਦੇ ਕੰਨਾਂ ਨੂੰ ਹੱਥ ਲਾ ਗਏ ਕਮਾਲ ਏਦਾਂ ਦਾ ਗੰਦਾ ਬੰਦਾ ਨਾਲ ਨਾ ਜੁੜਿਆ ਸੀ ਇਹੋ ਜਿਹੇ ਬੰਦੇ ਦਾ ਭਾਜੀ ਕੀ ਦੱਸਿਓ ਪੂਰਾ ਸਿੱਖ ਕੌਮ ਦੀਆਂ ਭਾਈ ਭਾਵਨਾਵਾਂ ਨਾਲ ਜੁੜਿਆ ਕੇਸ ਆ, ਔਰ ਇਹ ਕਲੀਅਰ ਹੋਣਾ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਬਹੁਤ ਜ਼ਰੂਰੀ ਸੀਗਾ। ਔਰ ਮੈਂ ਅੱਜ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਲਿਆ ਕੇ ਤੁਹਾਡੇ ਸਾਹਮਣੇ ਬੋਲਿਆ ਹਾਂ, ਔਰ ਮੈਂ ਤੁਹਾਨੂੰ ਇੱਕ ਮਤਲਬ ਕਿ ਸਬੂਤਾਂ ਦਾ ਜਾਮੂ ਕਰਾਉਣਾ ਚਾਹੁੰਦਾ ਸੀਗਾ ਕਿ ਇਹ ਬੰਦੇ ਦੀ ਔਕਾਤ ਜਿਹੜੀ ਹੈ ਕੀ ਆ। ਚਲੇ ਜਾਓ ਹੁਣ ਰਾਤ ਦੇ ਤੁਸੀਂ ਆਇਓ 4 ਵਜੇ। ਹਾਂ ਤੇ ਤੁਹਾਨੂੰ ਛੱਟੀ ਦੇ ਗਵਾਹੀਆਂ ਦਵਾ ਦਾਂਗੇ ਜਿੰਨੇ ਆਖੋ ਉਹਨੇ ਦਵਾਦਾਂਗੇ। ਵੀ ਪਤਾ ਨਹੀਂ ਵੀ ਉਹਨੇ ਮਾਰਿਆ ਆਪਦਾ ਹੈ ਨਹੀਂ ਪਿਓ ਮਾਰਿਆ ਆਪਦਾ ਨਹੀਂ ਪਿਓ ਮਾਰਿਆ ਆਪਣਾ ਬੱਚਾ ਮਾਰਿਆ। ਯਾਰ ਇਹੋ ਜਿਹੇ ਬੰਦੇ ਦੀ ਵਾਕਿਆ ਜੇ ਸਲੀਅਤ ਮੈਂ ਨਾ ਪਿੰਡ ਆਉਂਦਾ ਤੇ ਸ਼ਾਇਦ ਮੈਨੂੰ ਪਤਾ ਹੀ ਨਾ ਲੱਗਦਾ ਉਹਦੇ ਭਰਾਵਾਂ ਨੇ ਸਿਆ ਨਾਲੇ ਵੀਰ ਜੀ ਜਿਹੜੇ ਕੰਬਲ ਕੁੰਬਲ ਨਹੀਂ ਵੇਚਣ ਵਾਲੇ ਹੁੰਦੇ ਉਹ ਵੀ ਮਾਰੇ ਉਹਨਾਂ ਨੇ। ਜਿਹੜਾ ਚੈਨੀ ਪਿਛੇ ਇੱਕ ਬੱਚਾ ਮਾਰ ਸਕਦਾ ਭਾਜੀ ਉਹ ਉਹਦੀ ਜਿਹੜੀ ਉਹ ਵੀਰ ਉਹਦੇ ਘਰੋਂ ਫੜੇ ਗਏ ਕੰਬਲ ਕੁੰਬਲ ਉਹ ਤੋਂ ਹੈ ਸਾਰੇ ਫੜੇ ਗਏ ਪਾ ਯਾਰ ਮਾਹੀ ਕੰਬਲ ਕੁੰਬਲ ਫੜੇ ਗਏ ਬੇਨਤੀ ਕੀ ਯਾਰ ਸੁਣਿਆ ਤੇਰੇ ਸ਼ਾਹ ਨੇ ਬਹੁਤ ਤੇਰੇ ਗਰੀਬਾਂ ਦੀ ਬਾਹ ਫੜੀ ਤੁਸੀਂ ਆਣ ਕੇ ਪਾਪਾਂ ਤੋਂ ਪਰਦਾ ਚ ਚੁੱਕਿਆ ਹੋਇਆ। ਔਰ ਵਾਕਿਆ ਯਾਰ ਮੱਸਾ ਰੰਗੜ ਗਿਆ, ਵਾਕਿਆ ਭਾਜੀ ਹੋਣਾ ਨੇ ਕਿਹਾ ਕਿ ਮੱਸੇ ਰੰਗੜ। ਗਲਤੀਆਂ ਅਗਰ ਇਨਸਾਨ ਆਪਣੀਆਂ ਸਮਾਂ ਰਹਿੰਦਿਆਂ ਸੁਧਾਰ ਲਵੇ ਤਾਂ ਉਸ ਤੋਂ ਚੰਗੀ ਗੱਲ ਕੋਈ ਨਹੀਂ ਹੋ ਸਕਦੀ। ਪਰ
हरचंद की अगर गल की जाए तो पापे पूले नू सोधा लाने तो बाद कई उसने सवाल नवतेज गुगू उत्ते भी दागे चके कि उसनू पैसों की मदद नहीं पहुँचाई गई, उसनू पैसे नहीं दिते गए। आखिर असी अगर कौम के खाते विच कोई योगदान पाया है, कुछ किया है, तो असी क्यों उम्मीद रखते हैं कि सानू उस दे इवज विच कुछ मिले। तो जो अजिहियां उम्मीदां रखते ने ਉਹ ਕਦੇ ਨਿਸਵਾਰਥ ਕੌਮੀ ਯੋਧੇ ਨਹੀਂ ਹੋ ਸਕਦੇ। ਨਿਸਵਾਰਥ ਕੌਮੀ ਯੋਧੇ ਨਵਤੇਜ ਸਿੰਘ ਗੁੱਗੂ ਵਰਗੇ ਨੇ, ਜਿਹੜਾ ਨੇ ਕਰੋੜਾਂ ਰੁਪਈਆ NRI ਵੀਰਾਂ ਦਾ ਭੇਜਿਆ ਹੋਇਆ ਇੱਕ ਹਸਪਤਾਲ 'ਤੇ ਲਗਾਇਆ, ਆਪਣੀ ਜੇਬ ਵਿੱਚ ਕੱਖ ਵੀ ਉਸ ਵਿੱਚੋਂ ਨਹੀਂ ਪਾਇਆ ਅਤੇ ਲੋਕ ਭਲਾਈ ਵਾਸਤੇ ਕਾਰਜ ਕਰਨੇ ਸ਼ੁਰੂ ਕਰ ਦਿੱਤੇ। ਪਰਮਾਤਮਾ ਅਜਿਹੇ ਸਮਾਜ ਸੇਵੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਤੰਦਰੁਸਤ ਦੇਹ ਬਖਸ਼ੇ, ਜੋ ਤਨ ਮਨ ਧਨ ਦੇ ਨਾਲ ਬਾਬੇ ਨਾਨਕ ਦੀ ਸੋਚ ਨੂੰ ਅੱਗੇ ਲੈ ਕੇ ਤੁਰੇ ਨੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।